ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਸ਼ਾਇਨਾ ਤੇ ਲੈ ਕੇ ਹਾਜ਼ਰਾਂ ਉਹ ਪ੍ਰੋਗਰਾਮ ਜਿਸ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਾਉਨੇ ਆ ਉੱਗੇ ਪੱਤਰਕਾਰਾਂ ਦੇ ਜਿਹੜੇ ਕਿ ਤੁਹਾਨੂੰ ਦੱਸਦੇ ਨੇ ਖਬਰਾਂ ਦੇ ਪਿੱਛੇ ਛੁਪੀ ਹੋਈ ਜ਼ਮੀਨੀ ਹਕੀਕਤ ਨੂੰ ਸੋ ਅੱਜ ਦੀਆਂ ਤਾਜ਼ਾ ਖਬਰਾਂ ਦੀ ਪਰਚੋਰ ਕਰਨ ਦੇ ਲਈ ਸਾਡੇ ਕੋਲ ਸਟੂਡੀਓ ਦੇ ਵਿੱਚ ਪੁੱਜੇ ਨੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਸਿੰਘ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਜੀ ਸੋ ਖਬਰਾਂ ਤੋਂ ਪਹਿਲਾਂ ਦੀ ਖਬਰ ਯਾਨੀ ਕਿ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਮਹੱਤਵਪੂਰਨ ਖਬਰ ਇਹ ਹੈ ਕਿ ਜਿਹੜੇ ਵਿਦਿਆਰਥੀ ਨੇ ਸਾਡੇ ਉਹਨਾਂ ਦੇ ਲਈ ਡीडी ਪੰਜਾਬੀ ਦੇ ਉੱਤੇ 10ਵੀਂ ਤੱਕ ਦੀ ਜਿਹੜਾ ਅਧਿਆਪਨ ਸੀ ਉਹ ਕਰਵਾਇਆ ਜਾ ਰਿਹਾ ਸੀ ਪ੍ਰਸਾਰਣ ਜਾਰੀ ਸੀ ਹੁਣ ਇਸ ਦੇ ਨਾਲ ਜਿਹੜੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਨੇ ਉਨ੍ਹਾਂ ਦੇ ਸਿਲੇਬਸ ਦੇ ਨਾਲ ਜੁੜਿਆ ਹੋਇਆ ਅਧਿਆਪਨ ਜਿਹੜਾ ਹੈ ਉਹ ਡीडी ਪੰਜਾਬੀ ਤੇ ਸ਼ੁਰੂ ਹੋ ਚੁੱਕਾ ਹੈ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਇਹ ਇੱਕ ਚੰਗੀ ਸ਼ੁਰੂਆਤ ਹੈ ਕਿਉਂਕਿ ਕਰੋਨਾ ਵਾਇਰਸ ਦੇ ਪਰਕੋਪ ਦੇ ਕਰਕੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਕ ਲਾਕਡਾਊਨ ਚੱਲਿਆ ਦੇਸ਼ ਦੇ ਵਿੱਚ ਜੀ ਸਭ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਹੋਈ ਬੱਚਿਆਂ ਨੂੰ ਵੀ ਖਾਸ ਤੌਰ ਤੇ ਸਕੂਲ ਬੰਦ ਨੇ ਸਕੂਲ ਤਾਂ ਇਹ ਵੀ ਕੁਝ ਮਹੀਨਿਆਂ ਤੱਕ ਕਿਹਾ ਜਾ ਰਿਹਾ ਕਿ ਖੁੱਲਣ ਦੇ ਕੋਈ ਉਮੀਦ ਨਹੀਂ ਹੈ ਤਾਂ ਇੱਕ ਇਹ ਸੋਚਿਆ ਗਿਆ ਫਿਰ ਆਨਲਾਈਨ ਪੜ੍ਹਾਈ ਦਾ ਇੱਕ ਕਨਸੈਪਟ ਲਿਆਂਦਾ ਗਿਆ ਸਾਡੇ ਵਰਗੇ ਦੇਸ਼ ਦੇ ਵਿੱਚ ਆਨਲਾਈਨ ਪੜ੍ਹਾਈ ਦੇ ਵਿੱਚ ਵੀ ਜਿਹੜੇ ਮੋਬਾਈਲ ਫੋਨ ਨੇ smartphones ਚਾਹੀਦੇ ਨੇ ਘਟੋ ਘਟ ਉਸ ਲੈਵਲ ਦੀਆਂ ਚੀਜ਼ਾਂ ਨਹੀਂ ਐ ਸਾਰੇ ਲੋਕਾਂ ਕੋਲ ਕਿਉਂਕਿ ਗਰੀਬੀ ਦਾ ਇੱਕ ਬਹੁਤ ਵੱਡਾ ਇੱਕ ਵਰਗ ਹੈ ਗਰੀਬੀ ਵਾਲਾ ਇਸ ਲੈਵਲ ਦਾ ਔਰ ਇਹਦੇ ਨਾਲ ਦੀ ਨਾਲ ਇਹਦੇ ਨਾਲ ਡੇਂਗੂ ਕਿ ਪ੍ਰੋਬਲਮ ਵੀ ਆ ਕਿਉਂਕਿ ਜੇਕਰ ਦੇਸ਼ਾਂ ਸਾਡੇ ਦੇਸ਼ ਦੇ ਵਿੱਚ ਅਸੀਂ ਇੰਟਰਨੈਟ ਕਨੈਕਸ਼ਨ ਦੇਖਦੇ ਆ ਜੀ ਤਾਂ ਔਰਤਾਂ ਜਿਹੜੀਆਂ ਯੂਜ਼ ਕਰਦੀਆਂ ਨੇ ਇੰਟਰਨੈਟ ਕਨੈਕਸ਼ਨ ਦੇ ਨਾਲ ਉਹ 16% ਹੀ ਸੈ ਕੇਵਨ ਇਹਦਾ ਮਤਲਬ ਇਹ ਹੈ ਕਿ ਕੁੜੀਆਂ ਕੋਲ ਉਦੋਂ ਵੀ ਘੱਟ ਨੇ ਜੇਕਰ ਉਹ ਹਾਲਾਂਕਿ ਪੜ੍ਹਾਈ ਦੇ ਵਿੱਚ ਤਾਂ ਉਹਨਾਂ ਨੂੰ ਵੀ ਬਰਾਬਰ ਦੀ ਰੋਡ ਹੈ ਜੀ ਤਾਂ ਦੂਰਦਰਸ਼ਨ ਵਰਗੇ ਇੱਕ ਬੜੀ ਰੇਂਜ ਤੱਕ ਘਟੋ ਘਟ ਟੈਲੀਵਿਜ਼ਨ ਸੈੱਟ ਅੱਜ ਕੱਲ ਝੁਗੀਆਂ 'ਚ ਵੀ ਹੋਰ ਜਗ੍ਹਾ ਵੀ ਕਾਫੀ ਜਗ੍ਹਾ ਮੌਜੂਦ ਨੇ ਜੀ ਤੇ ਟੈਲੀਵਿਜ਼ਨ ਦੇ ਰਾਹੀਂ ਜੇਕਰ ਉਹ ਕੁਝ ਸਿੱਖ ਸਕਣਗੇ ਚੰਗੇ ਲੈਕਚਰ ਚੰਗੀ ਪੜ੍ਹਾਈ ਜਾਂ ਸਿਲੇਬਸ ਉਹ ਇੱਕ ਚੰਗਾ ਕਦਮ ਹੈ ਤੇ ਉਹ ਜੁੜੇ ਰਹਿ ਸਕਣਗੇ ਘਟੋ ਘਟ ਜਿੰਨਾ ਚਿਰ ਲੋਕਡਾਊਨ ਖੁੱਲਦਾ ਨਹੀਂ ਸਕੂਲ ਆਪਣੇ ਆਪ ਲੱਗਣੇ ਸ਼ੁਰੂ ਨਹੀਂ ਹੁੰਦੇ ਕਲਾਸ ਟੀਚਰ ਸਕੂਲਾਂ 'ਚ ਨਹੀਂ ਆਉਂਦੇ ਉਹਨਾਂ ਚਿਰ ਦਾ ਇਹ ਅਲਟਰਨੇਟਿਵ ਇੱਕ ਬਦਲ ਦੇ ਤੌਰ ਤੇ ਇੱਕ ਬਿਹਤਰ ਚੀਜ਼ ਹੈ ਔਰ ਲੋਕਾਂ ਨੂੰ ਔਰ ਵਿਦਿਆਰਥੀਆਂ ਨੂੰ ਇਹਦਾ ਫਾਇਦਾ ਹੋਏਗਾ ਜੀ ਸੋ ਗੱਲ ਕਰ ਲੈਣੇ ਹੁਣ ਕਰੋਨਾ ਮਹਾਮਾਰੀ ਦੀ ਵਿਸ਼ਵ ਦੀ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਜਿਹੜਾ ਉਹ 4 ਨੰਬਰ ਦੇ ਉੱਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਏਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਵਾਲਾ ਜਿਹੜਾ ਮੁਲਕ ਉਹ ਭਾਰਤ ਬਣ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਜਦੋਂ ਤੋਂ ਇਹ ਖਤਰਾ ਸਾਹਮਣੇ ਆਇਆ ਹੈ ਪੂਰੀ ਦੁਨੀਆ ਦੇ ਵਿੱਚ ਸਾਰੇ ਦੁਨੀਆ ਦੇ ਦੇਸ਼ਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਹਨੂੰ ਟੈਕਲ ਕਰਨ ਦੀ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੀ ਔਰ ਭਾਰਤ ਦੇ ਵਿੱਚ ਲਗਾਤਾਰ ਜੇਕਰ ਉਦੋਂ ਤੋਂ ਲੈ ਕੇ 22 ਮਾਰਚ ਤੋਂ ਸ਼ੁਰੂ ਹੋਇਆ ਇੱਕ ਲਾਕਡਾਊਨ ਇੱਕ ਤਰੀਕੇ ਦਾ ਜਾਰੀ ਰਿਹਾ ਵੱਖ-ਵੱਖ ਤਰੀਕਿਆਂ ਦੇ ਨਾਲ ਜੀ ਔਰ ਉਹਦੇ ਚੋਂ ਨਜ਼ਰ ਇਹ ਆਉਂਦਾ ਕਿ ਇੱਕ ਤਾਂ ਇਹ ਸੋਚਿਆ ਗਿਆ ਕਿ ਲਾਕਡਾਊਨ ਦਾ ਮਤਲਬ ਇਹ ਹੁੰਦਾ ਕਿ ਉਹਦੇ ਦੌਰਾਨ ਤਿਆਰੀ ਕਰਨੀ ਹੁੰਦੀ ਹੈ ਪੂਰੀ ਤਰ੍ਹਾਂ ਜਿਦੇ ਵਿੱਚ ਹਸਪਤਾਲਾਂ ਦੀ ਤਿਆਰੀ ਬੈੱਡਾਂ ਦੀ ਤਿਆਰੀ ਟੈਸਟਾਂ ਦੀ ਤਿਆਰੀ ਜਾਂ ਬਾਕੀ ਦੀਆਂ ਚੀਜ਼ਾਂ ਲੋਕਾਂ ਦੇ ਗਾਈਡੈਂਸ ਦੀ ਦਿਸ਼ਾ ਨਿਰਦੇਸ਼ ਜੋ ਵੀ ਬਾਕੀ ਵੀ ਆਉਂਦੇ ਨੇ ਜੀਵਨ ਦੇ ਵਿੱਚ ਉਹਦੀ ਔਰ ਜਦੋਂ ਹੁਣ ਦੁਬਾਰਾ ਲਾਕਡਾਊਨ ਖੋਲ੍ਹਿਆ ਗਿਆ ਜੀ ਕਿਤੇ ਨਾ ਕਿਤੇ ਇਹ ਦਿਖਾਈ ਦੇਣ ਲੱਗਿਆ ਕਿ ਉਸ ਪੱਧਰ ਦੀ ਤਿਆਰੀ ਨਹੀਂ ਸਾਡੇ ਵਰਗੇ ਮੁਲਕ ਦੇ ਕੋਲ ਸੀ ਜਿਸ ਲੈਵਲ ਦੀ ਤਿਆਰੀ ਬਾਕੀ ਵਿਕਸਤ ਮੁਲਕਾਂ ਨੇ ਜਾਂ ਹੋਰਾਂ ਮੁਲਕਾਂ ਨੇ ਕੀਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਬਾਦੀ ਵੀ ਕਿਉਂਕਿ ਇੱਕ ਤਾਂ ਇਹ ਹੈ ਕਿ ਘੱਟ ਦੇਸ਼ਾਂ ਵਾਲੇ ਇਹ ਜਿਹੇ ਵੀ ਨੇ ਜਿਨ੍ਹਾਂ ਕੋਲ ਆਬਾਦੀ ਥੋੜੀ ਹੈ ਔਰ ਸਾਧਨ ਜ਼ਿਆਦਾ ਨਹੀਂ ਮੁਕਾਬਲਤਨ ਸਾਡੇ ਸਾਧਨਾਂ ਦੀ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਔਰ ਹਾਲਾਂਕਿ ਇੱਕ ਇਹ ਗੱਲ ਵੀ ਹੈ ਕਿ ਜਿਵੇਂ ਜਿਵੇਂ ਵੱਧਦੇ ਗਏ ਖਾਸ ਤੌਰ ਤੇ ਬਹੁਤ ਜ਼ਿਆਦਾ ਗਰੀਬੀ ਜਾਂ ਇੱਕ ਇਸ ਲੈਵਲ ਦਾ ਮਾਹੌਲ ਹੋਣ ਦੇ ਕਰਕੇ ਵੀ ਇਹ ਜੇ ਭੀੜ ਭੜਕੇ ਵਾਲੇ ਬਹੁਤ ਜ਼ਿਆਦਾ ਏਰੀਆ ਨੇ ਜਿੱਥੇ ਤੁਸੀਂ ਕਹਿੰਦੇ ਹੋ ਸਰੀਰਕ ਦੂਰੀ ਕਾਇਮ ਰੱਖਣੀ ਹੈ ਔਰ ਸਰੀਰਕ ਦੂਰੀ ਕਾਇਮ ਰੱਖਣਾ ਆਪਣੇ ਆਪ ਚ ਵੀ ਸੰਭਵ ਨਹੀਂ ਹੈ ਬਹੁਤ ਥਾਵਾਂ ਦੇ ਉੱਤੇ ਕਿਉਂਕਿ ਛੋਟੇ ਛੋਟੇ ਘਰਾਂ ਚ ਕਿੰਨੇ ਕਿੰਨੇ ਮੈਂਬਰ ਰਹਿ ਰਹੇ ਨੇ ਛੋਟੇ ਛੋਟੇ ਮੁਹੱਲਿਆਂ ਚ ਕਿੰਨੀ ਕਿੰਨੀ ਭੀੜ ਰਹਿ ਰਹੀ ਹੈ ਔਰ ਕਿਸ ਪੱਧਰ ਦੀ ਉਸ ਮਤਲਬ ਰੋਜੀ ਰੋਟੀ ਦੇ ਸਵਾਲ ਨੇ ਹਜੇ ਬਹੁਤ ਜ਼ਿਆਦਾ ਲੋਕਾਂ ਦੇ ਜਿਸ ਤਰੀਕੇ ਦੇ ਨਾਲ ਕਰੋੜਾ ਮਜ਼ਦੂਰ ਇਧਰੋਂ ਉਧਰ ਗਏ ਉਧਰੋਂ ਇਧਰ ਆਇਓ ਇਕੱਠੇ ਹੀ ਜਾ ਰਹੇ ਨੇ ਕੋਈ ਉਹਨਾਂ ਚੇਤਾ ਹੈ ਨਹੀਂ ਕਿ ਤੁਸੀਂ ਦੂਰੀ ਰੱਖ ਕੇ ਉਸ ਪੱਧਰ ਦੇ ਉੱਤੇ ਜਾ ਰਹੇ ਹੋ ਸਾਨੂੰ ਕਈ ਇਹੋ ਜਿਹੀਆਂ ਸਮੱਸਿਆਵਾਂ ਨਾਲ ਲਗਾਤਾਰ ਜਿਹੜਾ ਜੂਝਣਾ ਪੈ ਰਿਹਾ ਔਰ ਇੱਕ ਕਿਹਾ ਜਾ ਰਿਹਾ ਜੁਆਰਨਲ ਦੇ 77 ਜਨਰਲ ਨੇ ਵੀ ਇਹ ਕਿਹਾ ਕਿ ਜਿੰਨਾ ਚਿਰ ਦੁਨੀਆ 'ਚ ਇੱਕ ਬੰਦਾ ਵੀ ਅਸੁਰੱਖਿਆ ਹੈ ਕਰੋਨਾ ਵਾਇਰਸ ਤੋਂ ਤਾਂ ਸਭ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਵੀ ਅਸੁਰੱਖਿਆ ਹੈ ਬਿਲਕੁਲ ਮਤਲਬ ਉਹਨਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਜੇ ਆਪਾਂ ਬਚੇ ਹੋਏ ਆ ਤੇ ਬਾਕੀ ਦੇ ਨਾਲ ਥੋੜਾ ਬਹੁਤ ਕੁਝ ਹੋ ਰਿਹਾ ਪਰ ਇਹਦੇ 'ਚ ਇੱਕ ਗੱਲ ਇਹ ਕਹੀ ਗਈ ਹੈ ਕਿ ਲੋਕਾਂ ਨੂੰ ਸਿਆਣੇ ਕਰਨਾ ਲੋਕਾਂ ਨੂੰ ਹਰ ਸੂਚਨਾ ਪਾਰਦਰਸ਼ੀ ਢੰਗ ਨਾਲ ਤੇ ਠੀਕ ਦੇਣਾ ਔਰ ਲੋਕਾਂ ਨੂੰ ਇਹਦੇ ਬਾਰੇ ਸਵੈ ਅਨੁਸ਼ਾਸਨ ਦੇ ਲਈ ਤਿਆਰ ਕਰਨਾ ਇਹ ਜਿਆਦਾ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਇਸ ਤੇ ਰੋਕਥਾਮ ਲਾ ਸਕਦੀਆਂ ਨੇ ਔਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਖਾਸ ਤੌਰ ਤੇ ਸਾਡੇ ਇੱਕ ਵੱਡੇ ਸ਼ਹਿਰਾਂ ਦੇ ਵਿੱਚ ਸਮੱਸਿਆ ਆ ਰਹੀ ਹੈ ਬਹੁਤ ਹਾਂਜੀ ਖਾਸ ਤੌਰ ਤੇ ਸਿਹਤ ਸਟਾਫ ਦੀ ਔਰ ਬੈਡਾਂ ਦੀ ਵੈਂਟੀਲੇਟਰ ਦੀ ਹੋਰ ਬਹੁਤ ਜਿਆਦਾ ਸਮੱਸਿਆਵਾਂ ਆ ਰਹੀਆਂ ਨੇ ਕਈ ਸ਼ਹਿਰਾਂ ਚ ਤਾਂ ਦਿੱਲੀ ਯਾਰ ਮੁੰਬਈ ਦੇ ਵਿੱਚ ਤਾਂ ਕੋਰਟਾਂ ਨੇ ਅਦਾਲਤਾਂ ਨੇ ਵੀ ਦਖਲ ਦਿੱਤਾ ਹੈ ਜੀ ਉਹ ਸਾਰੇ ਮਾਮਲੇ ਦੇ ਵਿੱਚ ਔਰ ਕੱਲ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਲਾਸਾਂ ਦੇ ਨਾਲ ਮਰੀਜ਼ ਰੱਖੇ ਜਾ ਰਹੇ ਨੇ ਔਰ ਮਰੀਜ਼ ਰੱਖੇ ਜਾ ਰਹੇ ਨੇ ਤਾਂ ਮਤਲਬ ਕਿ ਉਸ ਲੈਵਲ ਦੇ ਬੰਦੋਬਸਤ ਨਹੀਂ ਹੈ ਕਈ ਸਟੇਟਾਂ ਦੇ ਲੈਵਲ ਤੇ ਜਿਵੇਂ ਹైదరాబాద్ ਦੀਆਂ ਖਬਰਾਂ ਆ ਰਹੀਆਂ ਨੇ ਕਿ ਪੂਰੀ ਸਟੇਟ ਦੇ ਵਿੱਚ ਇੱਕ ਹਸਪਤਾਲ ਹੈਦਰਾਬਾਦ ਦੇ ਵਿੱਚ ਜਿੱਥੇ ਕਰੋਨਾ ਦੇ ਮਰੀਜ਼ ਦਾਖਲ ਕੀਤੇ ਜਾਣਗੇ ਹੁਣ ਉਹਦੇ ਨਾਲ ਸਮੱਸਿਆ ਕੀ ਆਉਂਦੀ ਹੈ ਕਿ ਐਡੀ ਐਡੀ ਦੂਰੋਂ ਜਾ ਕੇ ਕਿਵੇਂ ਬੰਦੇ ਜਾਣਗੇ ਕਿਸ ਤਰੀਕੇ ਨਾਲ ਉਹਨਾਂ ਦਾ ਟਰਾਂਸਪੋਰਟੇਸ਼ਨ ਦਾ ਬੰਦੋਬਸਤ ਉਹ ਇੱਕੋ ਥਾਂ ਕਿਉਂ ਹੋਊਗਾ ਵੱਖ-ਵੱਖ ਜਗ੍ਹਾ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ ਇਹੋ ਜੇ ਸਵਾਲ ਲਗਾਤਾਰ ਉੱਠ ਰਹੇ ਨੇ ਉਹ ਸਾਰੇ ਸਾਮਨਿਆਂ ਦੇ ਵਿੱਚ ਔਰ ਇਹਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਜੀ ਕਿ ਇਸ ਵਾਰ ਕਰੋਨਾ ਦੇ ਸਟੈਂਡਰਡ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਹਾਂਜੀ ਔਰ ਸਰਕਾਰੀ ਸਿਹਤ ਸੰਸਥਾਾਂ ਨੇ ਉਹ ਕਾਫੀ ਕੰਮ ਕਰ ਰਹੀਆਂ ਨੇ ਪ੍ਰਾਈਵੇਟ ਹਸਪਤਾਲ ਝਿਜਕ ਰਹੇ ਨੇ ਕਰੋਨਾ ਦੇ ਮਰੀਜ਼ਾਂ ਨੂੰ ਮਤਲਬ ਹੱਥ ਪਾਉਣ ਤੋਂ ਔਰ ਬੜੇ ਵੱਡੇ ਪੱਧਰ ਤੇ ਦੇਖਣ ਤੋਂ ਵੀ ਇਹਦੇ ਤੇ ਇਹ ਕੋਸ਼ਿਸ਼ ਵੀ ਹੋ ਰਹੀ ਹੈ ਗਵਰਨਮੈਂਟਾਂ ਦੇ ਜਿਵੇਂ ਪੰਜਾਬ ਸਰਕਾਰ ਨੇ ਵੀ ਇੱਕ ਕਹਿੰਦੇ ਅਸੀਂ ਆਰਡੀਨੈਂਸ ਲਿਆਵਾਂਗੇ ਪ੍ਰਾਈਵੇਟ ਹਸਪਤਾਲਾਂ ਬਾਰੇ ਪਰ ਉਹ ਨਹੀਂ ਸਪੇਨ ਦੀ ਸਰਕਾਰ ਨੂੰ ਵੀ ਪ੍ਰਾਈਵੇਟ ਹਸਪਤਾਲਾਂ ਦੇ ਕੋਲ ਮਰੀਜ਼ ਦਾਖਲ ਕਰਾਉਣ ਲਈ ਜਦੋਂ ਨਹੀਂ ਮੰਨੇ ਤਾਂ ਉਹਨਾਂ ਦਾ ਰਾਸ਼ਟਰੀਕਰਨ ਕਰਨਾ ਪਿਆ ਕਿ ਜਿੰਨਾ ਚਿਰ ਕੋਰੋਨਾ ਵਾਇਰਸ ਆ ਉਹਨਾਂ ਚਿਰ ਤੁਸੀਂ ਸਰਕਾਰ ਦੇ ਅੰਡਰ ਹੋਵੋਗੇ ਕੋਈ ਵੀ ਪ੍ਰਾਈਵੇਟ ਬਿਲਕੁਲ ਔਰ ਸਾਡੇ ਦੇਸ਼ ਚ ਵੀ ਇਹ ਗੱਲ ਚੱਲ ਰਹੀ ਹੈ ਕਿ ਪ੍ਰਾਈਵੇਟ ਵੱਡੇ ਜਿਹੜੇ ਹਸਪਤਾਲ ਨੇ ਜਿਨ੍ਹਾਂ ਕੋਲ ਸਾਧਨ ਹੈਗੇ ਨੇ ਜਿਨ੍ਹਾਂ ਕੋਲ ਬਾਕੀ ਹੈ ਐ ਸੰਕਟ ਦੇ ਸਮੇਂ ਉਹਨਾਂ ਨੂੰ ਵੀ ਸਰਕਾਰੀ ਪੱਧਰ ਦੇ ਉੱਤੇ ਇਹ ਮਤਲਬ ਆਦੇਸ਼ ਹੋਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂ ਮਰੀਜ਼ਾਂ ਨੂੰ ਮਨਾ ਨਾ ਕਰਨ ਕਿਉਂਕਿ ਇਹ ਬਹੁਤ ਵੱਡੀ ਮਹਾਮਾਰੀ ਹੈ ਸਰ ਕੇਵਲ ਮੁਨਾਫੇ ਲਈ ਹੋਣੀ ਚੀਜ਼ਾਂ ਬਣਦੀਆਂ ਜਾਂ ਹਸਪਤਾਲ ਜਾਂ ਬਾਕੀ ਚੀਜ਼ਾਂ ਉਹ ਲੋਕਾਂ ਦੀ ਸਿਹਤ ਲੋਕਾਂ ਦੀ ਬਾਕੀ ਦੀ ਉਹਦੇ ਲਈ ਵੀ ਚਾਹੀਦੇ ਨੇ ਔਰ ਦੂਜੀ ਗੱਲ ਇਹ ਹੈ ਕਿ ਕਈ ਵਾਰ ਸਰਕਾਰੀ ਹਸਪਤਾਲ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਇਹ ਵੀ ਕਰਦੇ ਨੇ ਕਿ ਕੁਝ ਮਰੀਜ਼ ਦਾਖਲ ਤਾਂ ਕਰ ਲੈਂਦੇ ਨੇ ਪਰ ਉਹਨਾਂ ਦਾ ਬਿਲ 20 ਲੱਖਾਂ ਚ ਬਣ ਜਾਂਦਾ ਤੇ ਉਹ ਬਹੁਤ ਮਰੀਜ਼ ਦੇਣ ਦੇ ਕਾਬਲ ਨਹੀਂ ਹੈ ਇਹੋ ਜੀ ਮਹਾਮਾਰੀ ਦੇ ਵਿੱਚ ਤਾਂ ਇੱਕ ਹਦਾਇਤ ਹੋਣੀ ਚਾਹੀਦੀ ਹੈ ਕਿ ਇਲਾਜ ਫ੍ਰੀ ਵਾਂਗ ਹੋਵੇ ਸਰਕਾਰ ਜਿੰਨੀ ਉਹਨਾਂ ਦੀ ਸਹਾਇਤਾ ਕਰ ਸਕਦੀ ਹੈ ਕਰੇ ਬਰ ਨਾਲ ਦੀ ਨਾਲ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤਾਂ ਇਹਦਾ ਕੋਈ ਰੋਕਥਾਮ ਹੋ ਸਕਦੀ ਹੈ ਇੱਕ ਗੱਲ ਤਾਂ ਕਲੀਅਰ ਦਿਖਾਈ ਦਿੱਤੀ ਹੈ ਸਾਰੀ ਦੁਨੀਆ ਦੇ ਵਿੱਚ ਵੀ ਕਿ 55 ਤੋਂ ਲੈ ਕੇ 65 70% ਤੱਕ ਤਾਂ ਇਹਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਖਾਸ ਤੌਰ ਤੇ 50 ਸਾਲ ਤੋਂ ਹੇਠਾਂ ਦੇ ਜਿਹੜੀ ਆਬਾਦੀ ਹੈ ਔਰ ਤੰਦਰੁਸਤ ਬੰਦੇ ਨੇ ਉਹਨਾਂ ਨੂੰ ਤਾਂ ਮਾੜਾ ਮੋਟਾ ਹੋ ਕੇ ਆਪਣੇ ਆਪ ਹੀ ਉਹ ਸੈਟਲ ਹੋ ਜਾਂਦਾ ਹੈ ਜੀ ਜਿਨ੍ਹਾਂ ਨੂੰ ਕੋਈ ਕ੍ਰੋਨਿਕ ਡਿਜੀਜ਼ ਹੈ ਜਾਂ ਬਜ਼ੁਰਗ ਨੇ ਉਨ੍ਹਾਂ ਤੇ ਜ਼ਿਆਦਾ ਅਸਰ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਿਵੇਂ ਟਾਰਗੇਟ ਕਰਕੇ ਕਿਵੇਂ ਧਿਆਨ ਚ ਰੱਖ ਕੇ ਇਹਦੇ ਤੋਂ ਬਚਾਇਆ ਜਾਏ ਉਹਦੇ ਲਈ ਇੱਕ ਵਿਆਪਕ ਰਣਨੀਤੀ ਦੀ ਲੋੜ ਹੈ ਔਰ ਉਹ ਰਣਨੀਤੀ ਦੇ ਨਾਲ ਹੀ ਮਤਲਬ ਸਾਡੇ ਵੀ ਇਸ ਦੇਸ਼ ਦੇ ਵਿੱਚ ਇਸ ਮਹਾਮਾਰੀ ਨੂੰ ਜਵਾਬ ਦਿੱਤਾ ਜਾ ਸਕਦਾ ਹੈ ਔਰ ਇਹਦੇ ਚ ਇੱਕ ਸਹਿਯੋਗ ਦੀ ਲੋੜ ਹੈ ਬਹੁਤ ਜ਼ਿਆਦਾ ਕੇਂਦਰ ਸਰਕਾਰ ਦੀ ਵੀ ਰਾਜ ਸਰਕਾਰਾਂ ਦੀ ਵੀ ਇਵਨ ਹੇਠਲੇ ਲੈਵਲ ਤੇ ਵੀ ਪੰਚਾਇਤਾਂ ਨੂੰ ਮਿਊਨਿਸਪਲ ਕਮੇਟੀਆਂ ਨੂੰ एनजीओ ਜਨੂੰ ਬਾਕੀ ਦੇ ਲੋਕਾਂ ਨੂੰ ਇਨਵੋਲਵ ਕਰਕੇ ਸਮੂਲੀਅਤ ਦੇ ਨਾਲ ਸ਼ਾਇਦ ਇਹਦਾ ਮੁਕਾਬਲਾ ਕੀਤਾ ਜਾ ਸਕਦਾ ਕਿਉਂਕਿ ਜੇ ਸਾਰੇ ਲੋਕ ਇਸ ਮੁਕਾਬਲੇ ਦੇ ਵਿੱਚ ਨਹੀਂ ਲੱਗਣਗੇ ਜਾਂ ਇਹਨੂੰ ਠੀਕ ਵੱਰ ਪਾਸੇ ਵੱਲ ਸੁਸਾਇਟੀ ਨੂੰ ਸਮਾਜ ਨੂੰ ਕੋਈ ਦਿਸ਼ਾ ਨਹੀਂ ਦੇਣਗੇ ਤਾਂ ਇਹ ਮੁਸ਼ਕਲ ਕੰਮ ਹੋ ਜਾਂਦਾ ਕਿ ਇਸ ਪਾਸੇ ਵੱਲ ਵੀ ਸਖਲਾਈ ਆਉ ਟ੍ਰੇਨਿੰਗ ਦੀ ਲੋੜ ਜੀ ਅ ਸਿੰਘ ਸਾਹਿਬ ਅਗਲੀ ਖਬਰ ਦੇ ਵੱਲ ਰੁੱਕ ਕਰਦੇ ਆਂ ਅਗਲੀ ਖਬਰ ਜਿਹੜੀ ਹੈ ਅਨਲੌਕ ਨਾਮ ਦਿੱਤਾ ਗਿਆ ਸੀ ਪਰ ਹੁਣ ਪਾਰਸ਼ਲ ਲਾਕਡਾਊਨ ਜ਼ੁਬਾਰਾ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਨਵੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਗਈਆਂ ਨੇ ਵੀਕਐਂਡ ਲਾਕਡਾਊਨ ਵੀ ਇਹਨੂੰ ਕਿਹਾ ਜਾ ਰਿਹਾ ਹੈ ਸ਼ਨੀਵਾਰ ਤੇ ਐਤਵਾਰ ਜਿਹੜੀ ਹੈ ਅੱਗੇ ਨਾਲੋਂ ਜਿਹੜੀ ਘੱਟ ਖੁੱਲ ਜਿਹੜੀ ਹੈ ਰਾਹ ਜਿਹੜੀ ਉਹ ਮਿਲੂਗੀ ਐਤਵਾਰ ਨੂੰ ਜਿਹੜਾ ਹੈ ਸੰਪੂਰਨ ਲਾਕਡਾਊਨ ਹੋਇਆ ਕਰੂਗਾ ਕੀ ਇਹ ਇਹ ਸਾਰੀ ਜਾਣਕਾਰੀ ਔਰ ਕਿਸ ਤਰ੍ਹਾਂ ਵੇਖਦੇ ਹੋ ਤੁਹਾਨੂੰ ਇਹਨੂੰ ਪਵਿੱਖਤੇ ਨਾਲ ਜੋੜ ਕੇ ਹਾਂ ਹੁਣ ਸਾਡੇ ਇਹ ਵੀ ਇੱਕ ਵਾਰ ਲਾਕਡਾਊਨ ਲਗਭਗ मतलब कैंसिल ਕਰ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਸੀ ਪੂਰੇ ਦੇਸ਼ ਦੇ ਵਿੱਚ ਜੀ ਫਿਰ ਆ ਇੱਕ ਦਿਨ ਪਹਿਲਾਂ ਹੀ ਰਾਜਸਥਾਨ ਨੇ ਦੁਬਾਰਾ ਆਪਣੀਆਂ ਹੱਦਾਂ ਬਾਕੀ ਗਵਾਂਢੀ ਸੂਬਿਆਂ ਨਾਲ ਨਸੀਲ ਕਰ ਦਿੱਤੀਆਂ ਗੀਆਂ ਨੇ ਜੀ ਪੰਜਾਬ ਦੀ ਸਰਕਾਰ ਨੇ ਵੀ ਇੱਕ ਨਵਾਂ ਫਿਰ ਜਿਹੜਾ ਹੁਕਮ ਜਾਰੀ ਕੀਤਾ ਹੈ ਨਵੇਂ ਹੁਕਮ ਦੇ ਨਾਲ ਕਿ ਜਿਹੜਾ ਅੰਤਰ ਜ਼ਿਲਾ ਇੱਕ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ ਦੇ ਵਿੱਚ ਜਾਣ ਤੇ ਦੋ ਵੀਕਐਂਡ ਤੇ ਜਿਹਨੂੰ ਕਹਿੰਦੇ ਆ ਸ਼ਨੀਵਾਰ ਤੇ ਐਤਵਾਰ ਰੋਕ ਲਗਾ ਦਿੱਤੀ ਗਈ ਹੈ। ਜੀ। ਔਰ ਉਹਦੇ ਚ ਰਾਤ ਦਾ ਵੀ ਦੇਸ਼ ਪੱਦਰ ਦੇ ਉੱਤੇ ਹੀ ਹੈ। ਸਾਡੇ ਵੀ ਰਾਤ ਦਾ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਹੈ। ਪਰ ਉਹਦੇ ਚ ਇਹਨਾਂ ਗੱਲਾਂ ਤੋਂ ਛੂਟ ਹੈ। ਮਤਲਬ ਜਿਹੜੀਆਂ ਕੋਈ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਨੇ, ਟਰੱਕ ਨੇ, ਟੈਂਪੂ ਨੇ ਟੋ ਆਟੋ ਆਈਦੇ ਜਿਹੜੇ ਸਾਧਨ ਨੇ ਜ਼ਰੂਰੀ ਵਸਤਾਂ ਉਹ ਜਾਰੀ ਰਹਿਣਗੀਆਂ। ਇਹ ਵੀਕਐਂਡ ਦੇ ਉੱਤੇ ਵੀ ਜਿਹੜਾ ਦਿਸ਼ਾ ਨਿਰਦੇਸ਼ ਨੇ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਜਿਵੇਂ ਪਹਿਲਾਂ ਕਰਫਿਊ ਦੇ ਵਿੱਚ ਵੀ ਉਹ ਜਾਰੀ ਸੀ ਉਹ ਤਾਂ ਜਾਰ ਪਰ ਜਿਹੜੇ ਵਾਹਨ ਜਾਂ ਟਰੈਵਲ ਕਰਨ ਤੇ ਜਾਂ ਇੱਕ ਦੂਜੇ ਤੋਂ ਦੂਜੇ ਥਾਂ ਜਾਣ ਤੇ ਆਮ ਲੋਕਾਂ ਤੇ ਇੱਕ ਪਾਬੰਦੀ ਆਇਦ ਕੀਤੀ ਗਈ ਹੈ ਕਿ ਤੁਸੀਂ ਨਹੀਂ ਇਸ ਤੋਂ ਬਾਅਦ ਜਾਓਗੇ 5 ਵਜੇ ਤੋਂ ਬਾਅਦ ਜਿਹੜਾ ਸ਼ੁੱਕਰਵਾਰ ਨੂੰ ਔਰ ਇਸੇ ਤਰ੍ਹਾਂ ਸ਼ਨੀਵਾਰ ਨੂੰ ਵੀ 5 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿ ਸਕਣਗੀਆਂ 5 ਵਜੇ ਤੋਂ ਬਾਅਦ ਦੁਕਾਨਾਂ ਨਹੀਂ ਖੁੱਲਣਗੀਆਂ ਐਤਵਾਰ ਦੁਕਾਨਾਂ ਜ਼ਰੂਰੀ ਚੀਜ਼ਾਂ ਤੋਂ ਬਿਨਾਂ ਬਾਕੀ ਬੰਦ ਰਹਿਣਗੀਆਂ ਔਰ ਇਹ ਜਿਹੜਾ ਲਾਕਡਾਊਨ ਦੁਬਾਰਾ ਆ ਰਿਹਾ ਹੈ ਇਦੇ ਬਾਰੇ ਇੱਕ ਚਰਚਾ ਵੀ ਲੋਕਾਂ ਦੇ ਵਿੱਚ ਛਿੜੀ ਹੈ ਕਿ ਫਿਰ ਪਹਿਲਾਂ ਖੋਲਿਆ ਜਿਹੜਾ ਗਿਆ ਕੀ ਉਹਦੇ ਬਾਰੇ ਪੂਰੀ ਤਰ੍ਹਾਂ ਅਨੁਮਾਨ ਨਹੀਂ ਸੀ ਲੱਗਿਆ ਕਿ ਹਾਂ ਹੁਣ ਪੂਰਾ ਖੋਲ ਦੇਣਾ ਚਾਹੀਦਾ ਜਾਂ ਪਹਿਲੇ ਥੋੜਾ ਥੋੜਾ ਕਰਕੇ ਕਿਉਂ ਨਹੀਂ ਖੋਲਿਆ ਗਿਆ ਜਾਂ ਕੀ ਇਹ ਕੋਈ ਡਾਟਾ ਜਾਂ ਤੱਥ ਸਾਡੇ ਸਾਹਮਣੇ ਹੈਗੇ ਨੇ ਕਿ ਸ਼ਨੀਵਾਰ ਤੇ ਐਤਵਾਰ ਨੂੰ ਹੀ ਲੋਕ ਜ਼ਿਆਦਾ ਨਿਕਲੇ ਇਹ ਜ਼ਿਆਦਾ ਨਿਕਲਣ ਦੇ ਕਾਰਨ ਕੇਸ ਜ਼ਿਆਦਾ ਵਧੇ ਨੇ ਜੀ ਕੋਈ ਇਹੋ ਜਿਹਾ ਕਿ ਜਿਵੇਂ ਪਹਿਲਾਂ ਤਾਂ ਸਾਡੇ ਕੋਲ ਇੱਕ ਗੱਲ ਸੀ ਵੀ ਹਜ਼ੂਰ ਸਾਹਿਬ ਤੋਂ ਬੰਦੇ ਆ ਗਏ ਇਸ ਕਰਕੇ ਜਾਦਾ ਹੋ ਗਏ ਕੋਈ ਕਹਿੰਦਾ ਸੀ ਤਵੱਲੀ ਕੀ ਜਾਦਾ ਆ ਗਏ ਇਸ ਕਰਕੇ ਜਾਦਾ ਆ ਗਏ ਕੋਈ ਅਲੱਗ-ਅਲੱਗ ਕਾਰਨ ਸੀ ਹੁਣ ਕਾਰਨ ਕੀ ਨੇ ਪਰ ਪੰਜਾਬ ਨੇ ਇੱਕ ਤਜਰਬਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿ ਕਾਫੀ ਕਾਮਯਾਬ ਤਜਰਬਾ ਰਿਹਾ ਤਜਰਬਾ ਇਹ ਹੈ ਕਿ ਜਿਹੜੀ ਫਸਲ ਦੀ ਵਾਢੀ ਸੀ ਹਾੜੀ ਦੀ ਜੀ ਔਰ ਬਹੁਤ ਵੱਡਾ ਇਹ ਇੱਕ ਪ੍ਰਕਿਰਿਆ ਹੁੰਦੀ ਆ ਵਰਤਾਰਾ ਹੁੰਦਾ ਇਹ ਦੁਨੀਆ ਭਰ ਦੇ ਵਿੱਚ ਇੰਨੇ ਘੱਟ ਸਮੇਂ 'ਚ ਇੰਨੀ ਖਰੀਦ ਕਿਤੇ ਨਹੀਂ ਹੁੰਦੀ ਮਤਲਬ ਅਨਾਜ ਦੀ ਇੰਨੇ ਥੋੜੇ ਸਮੇਂ ਦੇ ਵਿੱਚ ਔਰ ਤੁਸੀਂ ਦੇਖੋ ਲੱਖਾਂ ਲੋਕ ਇਹਦੇ 'ਚ ਸਾਮਲ ਰਹੇ ਮਜ਼ਦੂਰ ਕਿਸਾਨ ਵਪਾਰੀ ਮੰਡੀ ਪਰ ਕਿਤੇ ਕਰੋਨਾ ਵਧਿਆ ਦਿਖਾਈ ਨਹੀਂ ਦਿੱਤਾ ਜੀ ਔਰ ਇਸੇ ਕਰਕੇ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਖੁੱਲੀ ਹਵਾ ਦੇ ਵਿੱਚ ਖੁੱਲੀ ਫੀਜਾ ਦੇ ਵਿੱਚ ਜਿੱਥੇ ਖੁੱਲੀ ਹਵਾ ਆਉਂਦੀ ਹੈ ਧੁੱਪ ਹੈ ਓਪਨ ਸਪੇਸ ਹੈ ਉਥੇ ਸ਼ਾਇਦ ਇਹ ਉਹਨਾਂ ਅਸਰ ਨਹੀਂ ਕਰਦਾ ਜਿੰਨੀਆਂ ਬੰਦ ਜਗਾਵਾਂ ਦੇ ਵਿੱਚ ਲੋਕ ਰਹਿੰਦੇ ਨੇ ਜਿੱਨਾਂ ਚਿਰ ਇਕੱਠੇ ਬਹੁਤੀ देर ਇਕੱਠੇ ਰਹਿ ਕੇ ਗੱਲਾਂ ਮਾਰਦੇ ਨੇ ਜਾਂ ਗੱਲ ਕਰਦੇ ਨੇ ਉਹਦੇ ਨਾਲ ਇਹ ਜ਼ਿਆਦਾ ਹੁੰਦਾ ਹੈ ਇਸ ਲਈ ਇਹਨਾਂ ਸਾਰੇ ਮੇਰੇ ਖਿਆਲ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀ ਇਹ ਗੱਲ ਕਰਨ ਦੀ ਲੋੜ ਹੈ ਕਿ ਕਿਹੜੀ ਗੱਲ ਕਰਕੇ ਖਾਸ ਬਦਲਣ ਦੀ ਸੰਭਾਵਨਾ ਉਹਦੇ ਤੇ ਹੀ ਫੋਕਸ ਕੀਤਾ ਜਾਵੇ ਦੂਜੀਆਂ ਗੱਲਾਂ ਨੂੰ ਜਿੰਨਾ ਕੁ ਮੋਕਲਾ ਕੀਤਾ ਜਾਏਗਾ ਕਿਉਂਕਿ ਲਾਕਡਾਊਨ ਦਾ ਇੱਕ ਇਹ ਵੀ ਅਸਰ ਪੈ ਗਿਆ ਉਲਟਾ ਸਾਡੇ ਅਰਥਵਿਵਸਥਾ ਤੇ ਬਹੁਤ ਵੱਡੇ ਪੈਮਾਨੇ ਤੇ ਰੋਜਗਾਰ ਚਲੇ ਗਏ ਕਾਰੋਬਾਰ ਬੰਦ ਹੋ ਗਏ ਮੁੜ ਕੇ ਉਹ ਸ਼ੁਰੂ ਹੋਣ ਚ ਸਮੱਸਿਆ ਆ ਰਹੀ ਹੈ ਔਰ ਹੁਣ ਇੱਕ ਇਹ ਟੈਕਨੀਕਲ ਸਵਾਲ ਹੈ ਇਸੇ ਲਾਕਡਾਊਨ ਦੀ ਜਿਹੜੀਆਂ ਗਾਈਡਲਾਈਨ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨੇ ਉਹ ਕਹਿੰਦੇ ਫੈਕਟਰੀਆਂ ਜਾਰੀ ਰਹਿਣਗੀਆਂ ਛੱਡੇ ਵੀ ਸੈਚਰਡੇ ਵੀ ਹੁਣ ਫੈਕਟਰੀਆਂ ਦੇ ਵਿੱਚ ਉਹ ਕਹਿੰਦੇ ਨੇ ਪਾਸ ਲੈਣਾ ਪਏਗਾ ਈ ਪਾਸ ਹਾਂਜੀ ਔਰ ਲੋਕਾਂ ਨੂੰ ਇੱਕ ਦਿੱਕਤ ਇਹ ਜਰੂਰ ਆਉਂਦੀ ਹੈ ਕਿ ਈ ਪਾਸ ਉਹ ਅਪਲਾਈ ਕਰਦੇ ਨੇ ਜੀ ਤੇ ਉਥੋਂ ਬਹੁਤੇ ਵਾਰ ਰਿਜੈਕਟ ਹੋ ਜਾਂਦੇ ਨੇ ਹੋ ਕੇ ਇਹ ਨਹੀਂ ਹੈ ਜੀ ਵਾਜਬ ਗੱਲ ਔਰ ਜੇਕਰ ਉਹਨਾਂ ਨੂੰ ਇਹ ਗਰੰਟੀ ਹੋਵੇ ਕਿ ਤੁਸੀਂ ਜ਼ਰੂਰੀ ਚੀਜ਼ ਕਿਹਨੂੰ ਮੰਨਦੇ ਹੋ ਜੇ ਮੈਂ ਕੰਮ ਤੇ ਜਾਣਾ ਉਹ ਵੀ ਤਾਂ ਜ਼ਰੂਰੀ ਚੀਜ਼ ਹੈ ਜੀ ਕੱਲਾ ਮਤਲਬ ਬਿਮਾਰ ਦਾ ਸਵਾਲ ਹੀ ਨਹੀਂ ਕਿ ਮੈਂ ਬਿਮਾਰ ਨੂੰ ਲੈ ਕੇ ਜਾਣਾ ਜੇ ਰੋਜ਼ ਦਾ ਜੇ ਕਿਸੇ ਫੈਕਟਰੀ 'ਚ ਕਿਸੇ ਮਜ਼ਦੂਰ ਨੇ ਜਾਣਾ ਕਿਸੇ ਹੋਰ ਡਿਪਾਰਟਮੈਂਟ 'ਚ ਕਿਸੇ ਨੇ ਜਾਣਾ ਉਹ ਜ਼ਰੂਰੀ ਚੀਜ਼ਾਂ ਦੇ ਅਧਾਰ ਤੇ ਤਾਂ ਨੇ ਜਾਂਦਾ ਉੱਥੇ ਫਿਰ ਉਹਦਾ ਆਈ ਕਾਰਡ ਦੇਖ ਕੇ ਹੀ ਇਹ ਮਤਲਬ ਅਲਾਉ ਕਰ ਦਿੱਤਾ ਜਾਏ ਕਿ ਠੀਕ ਹੈ ਕਿ ਉੱਥੇ ਬੰਦਾ ਕੰਮ ਤੇ ਜਾ ਰਿਹਾ ਜਿਸ ਲੈਵਲ ਦੇ ਉੱਤੇ ਆ ਮੇਨ ਗੱਲ ਸਰੀਰਕ ਦੂਰੀ ਦੇ ਕਾਇਮ ਰੱਖਣਾ ਹੈ ਮੇਨ ਫੋਕਸ ਇਹ ਹੈ ਨਾ ਕਿ ਮੇਨ ਗੱਲ ਇਹ ਹੈ ਕਿ ਕਿਸੇ ਨੂੰ ਜਾਣ ਆਉਣ ਤੋਂ ਰੋਕਣ ਨਾਲ ਕੋਈ ਗੱਲ ਹੁੰਦੀ ਹੈ ਹਾਂ ਜਿੱਥੇ ਮੌਲਜ ਦੇ ਵਿੱਚ ਹੁਣ ਇੱਕ ਸਵਾਲ ਇਹ ਵੀ ਧਾਰਮਿਕ ਸਥਾਨ ਖੋਲ ਦਿੱਤੇ ਗਏ ਨੇ ਮੌਲਜ ਖੋਲ ਦਿੱਤੀਆਂ ਗਈਆਂ ਨੇ ਤੇ ਜੇ ਸੈਚਰ ਡੇ ਸੰਡੇ ਬੰਦ ਹੋ ਜਾਂਦਾ ਤੇ ਵਰਕਿੰਗ ਡੇ ਚ ਵੀ ਮਾਲਜ ਦੇ ਵਿੱਚ ਇਕੱਠ ਹੋ ਜਾਂਦਾ ਹੈ ਧਾਰਮਿਕ ਸਥਾਨਾਂ ਤੇ ਵੀ ਇਕੱਠ ਹੋ ਜਾਂਦਾ ਤਾਂ ਵੀ ਤਾਂ ਸਮੱਸਿਆ ਉਵੇਂ ਹੀ ਖੜੀ ਹੋਏਗੀ ਬਿਲਕੁਲ ਇਸ ਲਈ ਇਹ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਲੋਕਡਾਊਨ ਕਦੋਂ ਤੇ ਕਿੰਨਾ ਚਾਹੀਦਾ ਤੇ ਕਿਉਂ ਨਹੀਂ ਚਾਹੀਦਾ ਇਹਦੇ ਬਾਰੇ ਵੀ ਇੱਕ ਚਰਚਾ ਲੋਕਾਂ ਨੂੰ ਜਿੰਨਾ ਜ਼ਿਆਦਾ ਜਾਗਰੂਕਤਾ ਹੋਏਗੀ ਜਿੰਨੇ ਜ਼ਿਆਦਾ ਪਾਰਦਰਸ਼ੀ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਏਗੀ ਉਹਨਾਂ ਚੀਜ਼ਾਂ ਬਿਹਤਰ ਹੁੰਦੀਆਂ ਨੇ ਹਮੇਸ਼ਾ ਹੀ ਉਹਨਾਂ ਲੋਕਾਂ ਦਾ ਸਹਿਯੋਗ ਜ਼ਿਆਦਾ ਮਿਲਦਾ ਜੀ ਸੁਰੱਖ ਰਲਨੇ ਆ ਅਗਲੀ ਖਬਰ ਦੇ ਵੱਲ ਅਗਰੀ ਖਬਰ ਜਿਹੜੀ ਆ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਸੂਬੇ ਦੇ ਵਿੱਚ ਕਿਸਾਨਾਂ ਲਈ ਨਵਾਂ ਆਰਥਿਕ ਪੈਕੇਜ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜਿਹਦੇ ਦੌਰਾਨ ਇਹ 4 ਲੱਖ ਤੱਕ ਦਾ ਕਰਜ਼ਾ ਵੀ ਜਣਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਹੈ ਇਹ ਕੀ ਹੈ ਪੂਰਾ ਪੈਕੇਜ ਤੇ ਕਿਸ ਤਰ੍ਹਾਂ ਇਹ ਮਦਦ ਕਰੇਗਾ ਕਿਸਾਨਾਂ ਦੀ ਇਹ ਪੈਕੇਜ ਅਸਲ ਚ ਉਸੇ ਪੈਕੇਜ ਦਾ ਹਿੱਸਾ ਜਿਹੜਾ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਸੀ ਬਾਅਦ ਚ ਕੇਂਦਰੀ ਵਿੱਤ ਮੰਤਰੀ ਸੀਧਾਰਮਨ ਨੇ ਪੜਾ ਵਾਈ ਜੋ ਦੱਸਿਆ ਕਿ 20 ਲੱਖ ਕਰੋੜ ਰੁਪਇਆ ਇੱਕ ਦਿੱਤਾ ਹੈ ਉਦੇ ਤੇ ਬਹੁਤ ਬਹਿਸ ਦੇਸ਼ ਦੇ ਵਿੱਚ ਹੋ ਰਹੀ ਹੈ ਪਹਿਲਾਂ ਵੀ ਹੋਈ ਕਿ ਕਿੰਨਾ ਨਵਾਂ ਕਿੰਨਾ ਪੁਰਾਣਾ ਕਿੰਨਾ ਕੀ ਕੀਤਾ ਜਾਏਗਾ ਔਰ ਇਹਦੇ ਚ ਜਿਹੜਾ ਕਰਜ਼ੇ ਵਾਲਾ ਸਵਾਲ ਹੈ ਕਿ ਉਹਨਾਂ ਦੇ ਜਿਹੜੇ ਕਾਰਡ ਬਣਦੇ ਨੇ ਤੇ ਕਾਰਡ ਦੇ ਉੱਤੇ ਉਹਨਾਂ ਦੀਆਂ ਲਿਮਟਾਂ ਬਣਦੀਆਂ ਨੇ ਪਹਿਲਾਂ ਤੋਂ ਇੱਕ ਪ੍ਰੋਸੈਸ ਚੱਲ ਰਿਹਾ ਕਿ ਕਿਸਾਨਾਂ ਨੂੰ ਪਹਿਲਾਂ 3 ਲੱਖ ਸੀ ਹੁਣ 4 ਰੱਖ ਤੱਕ ਦਾ ਕਰਜ਼ਾ 4 ਰੱਖ ਤੱਕ ਦੀ ਲਿਮਟ ਜਿਹੜੀ ਉਸ ਲੈਵਲ ਤੇ ਦਿੱਤੀ ਜਾਏਗੀ ਔਰ ਉਹਦੇ ਚ ਇੱਕ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀਆਂ ਕੁਝ ਆਪਣੀਆਂ ਮੰਗਾਂ ਹੋਰ ਤਰੀਕੇ ਵੀ ਨੇ ਕਿਉਂਕਿ ਦੇਸ਼ ਇੱਕੋ ਜਿਹਾ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਬਨਸਬਾਨਾ ਤਾਂ ਬਹੁਤ ਜ਼ਿਆਦਾ ਹੈ ਜੀ ਕੁਝ ਸਟੇਟਾਂ ਇਹੋ ਜਿਹੀਆਂ ਨੇ ਸਾਡੇ ਦੇਸ਼ ਦੇ ਵਿੱਚ ਜਿੱਥੇ ਕਰਜ਼ਾ ਜ਼ਿਆਦਾ ਹੋਣ ਕਰਕੇ ਕਿਸਾਨਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਬਿਲਕੁਲ ਕਿਉਂਕਿ ਉਹ ਕਹਿੰਦਾ ਵੀ ਤੋ ਕਰਜ਼ਾ ਉੱਤਰ ਨਹੀਂ ਰਿਹਾ ਮੈਂ ਨਵਾਂ ਕਰਜ਼ਾ ਲੈ ਕੇ ਕੀ ਕਰੂੰਗਾ ਕੁਝ ਥਾਂਾਂ ਤੇ ਇਹ ਵੀ ਆ ਕਿ ਲੋਨ ਨਹੀਂ ਮਿਲ ਰਹੇ ਤੇ ਜਿਨ੍ਹਾਂ ਨੂੰ ਕਰਜ਼ੇ ਦੀ ਲੋੜ ਹੈ ਲੋਨ ਦੀ ਲੋੜ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇੱਕ ਸਵਾਲ ਹੈ ਔਰ ਦੇਸ਼ ਦੇ ਵਿੱਚ ਇਹ ਗੱਲ ਬੜੇ ਜਿਹੜੇ ਆਰਥਿਕ ਮਾਹਰ ਨੇ ਬਾਰ-ਬਾਰ ਉਭਾਰ ਰਹੇ ਨੇ ਕਿ ਮੰਗ ਪੈਦਾ ਕਰਨ ਦੀ ਲੋੜ ਹੈ ਜੇ ਗਰੀਬ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਬਾਕੀ ਲੋਕਾਂ ਦੇ ਜੇਬਾਂ 'ਚ ਪੈਸਾ ਜਾਏਗਾ ਤਾ ਉਹ ਖਰੀਦਣ ਆਉਣਗੇ ਮੰਡੀ ਦੇ ਵਿੱਚ ਜੇ ਖਰੀਦਣ ਆਉਣਗੇ ਤਾਂ ਉਦਯੋਗ ਚੱਲਣਗੇ ਨਵੀਆਂ ਵਸਤਾਂ ਬਣਾਉਣ ਦੀ ਲੋੜ ਪਊਗੀ ਜੇ ਨਵੀਆਂ ਵਸਤਾਂ ਮਾਰਕੀਟ ਚ ਆਉਣਗੇ ਉਦਯੋਗ ਚੱਲਣਗੇ ਤਾਂ ਨਵੇਂ ਰੁਜ਼ਗਾਰ ਪੈਦਾ ਹੋਏਗਾ ਇਹ ਇੱਕ ਸਾਈਕਲ ਹੈ ਜਿਹੜਾ ਉਸ ਲੈਵਲ ਦੇ ਉੱਤੇ ਚੱਲਦਾ ਹੈ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਬਹੁਤ ਵੱਡਾ ਮੁੱਦਾ ਹੈ ਇਹਨਾਂ ਦਿਨਾਂ ਦੇ ਵਿੱਚ ਚੱਲਦਾ ਔਰ ਤਿੰਨ ਆਰਡੀਨੈਂਸ ਇਸੇ ਦੇ ਪੈਕੇਜ ਦੇ ਨਾਲ ਆਏ ਨੇ ਜਿਹੜੇ ਖੇਤੀ ਦੇ ਮੰਡੀਕਰਨ ਬਾਰੇ ਹੋਏ ਨੇ ਤੇ ਇੱਕ ਬਿਆਨ ਹੈ ਜਿਹੜੇ ਕੇਂਦਰੀ ਮੰਤਰੀ ਨਿਤਨ ਗੜਕਰੀ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਇਆ ਘੱਟੋ-ਘੱਟ ਸਮਰਥਨ ਮੁੱਲ ਦੇ ਬਾਰੇ ਚ ਜੀ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਇੱਕ ਬਹਿਸ ਜਿਹੜੀ ਸ਼ੁਰੂ ਹੋਈ ਹੈ ਕੱਲ ਕਾਂਗਰਸ ਪਾਰਟੀ ਨੇ ਇੱਕ ਪੰਜਾਬ ਦੀ ਨੇ ਬਹਿਸ ਕੀਤੀ ਹੈ ਮਤਲਬ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸਟੈਂਡ ਕਲੀਅਰ ਕਰੇ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਦੋ ਗੱਲਾਂ ਹੋ ਰਹੀਆਂ ਨੇ ਇੱਕ ਤਾਂ ਇਹਦੇ ਨਾਲ ਜਿਹੜਾ ਸੰਘੀ ਢਾਂਚਾ ਸੂਬਿਆਂ ਦੇ ਹੱਕਾਂ ਦਾ ਜਿਹੜਾ ਸਵਾਲ ਹੈ ਉਹ ਕਮਜ਼ੋਰ ਹੋ ਰਹੇ ਨੇ ਤੇ ਦੂਜਾ ਇਹ ਹੈ ਕਿ ਜੇ ਘੱਟੋ-ਘੱਟ ਸਮਰਥਨ ਮੁੱਲ ਚਲਾ ਜਾਂਦਾ ਤਾਂ ਇਹਦਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੇ ਅਸਰ ਚੰਗਾ ਨਹੀਂ ਪਏਗਾ ਕਿਉਂਕਿ ਦੁਨੀਆ ਪੱਧਰ ਤੇ ਮੁਕਾਬਲਾ ਕਰਨਿਆ ਖੇਤੀ ਨੇ ਦੁਨੀਆ ਦੇ ਵਿੱਚ ਭਾਰਤ ਸਰਕਾਰ ਨੇ ਇੱਕ ਫੈਸਲਾ ਲਿਆ ਹੋਇਆ ਔਰ ਜਿਹੜਾ ਐਗਰੀਮੈਂਟ ਖੇਤੀ ਤੇ ਹੋ ਰਿਹਾ ਹੈ ਕਿ ਜਿੰਨਾ ਚਿਰ ਤੁਸੀਂ ਆਪਣੇ ਕਿਸਾਨਾਂ ਨੂੰ ਵੱਡੀਆਂ ਸਬਸਿਡੀਆਂ ਦੇ ਰਹੇ ਨੇ ਵਿਕਸਤ ਦੇਸ਼ ਉਨਾ ਚਿਰ ਅਸੀਂ ਇਸ ਸਮਝੌਤੇ ਤੇ ਦਸਤਕਤ ਨਹੀਂ ਕਰ ਸਕਦੇ ਕਿਉਂਕਿ ਸਾਡੇ ਉਹਦਾ ਨੁਕਸਾਨ ਹੋਏਗਾ ਜਿਹਨੂੰ ਟ੍ਰੇਡ ਫੈਸਿਲਿਟੇਸ਼ਨ ਐਗਰੀਮੈਂਟ ਕਿਹਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਉਹ ਨਹੀਂ ਕੀਤਾ ਔਰ ਜੇਕਰ ਫਿਰ ਉਹ ਜਿੰਨੀ ਕਿ ਸਬਸਿਡੀ ਸਾਡੇ ਮਿਲ ਰਹੀ ਹੈ ਮਤਲਬ ਐਮਐਸਪੀ ਦੇ ਰੂਪ ਚ ਜਾਂ ਜਿੰਨੀ ਕਿ ਆਮਦਨ ਹੋ ਰਹੀ ਹੈ ਕਿਸਾਨ ਨੂੰ ਉਹਦੇ ਤੋਂ ਵੀ ਉਹ ਚਲਾ ਜਾਂਦਾ ਤਾਂ ਕਿਸਾਨੀ ਇੱਕ ਬਹੁਤ ਵੱਡਾ ਤਬਕਾ ਹੈ ਇਸ ਦੇਸ਼ ਦਾ ਔਰ ਆਨ ਸੁਰੱਖਿਆ ਵੀ ਉਹਦੇ ਨਾਲ ਜੁੜੀ ਹੋਈ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਇਹਨਾਂ ਚੀਜ਼ਾਂ ਤੇ ਹੋਰ ਚਰਚਾ ਕਰਕੇ ਕਿਸਾਨ ਦੇ ਹਿੱਤ ਚ ਮਜ਼ਦੂਰ ਦੇ ਹਿੱਤ ਚ ਹੁਣ ਸਾਡੇ ਸਾਹਮਣੇ ਇੱਕ ਟ੍ਰੈਂਡ ਵੀ ਦੇਖ ਲਿਆ ਕਿ ਜਿਹੜੇ ਲੋਕ ਸ਼ਹਿਰਾਂ ਚ ਕੰਮ ਕਰਨ ਵੀ ਆਏ ਸੀ ਉਹ ਆਪੇ ਆਪਣੇ ਪਿੰਡਾਂ ਚ ਪਰਤ ਗਏ ਨੇ ਪਿੰਡ ਚ ਉਹਨੂੰ ਸੁਰੱਖਿਆ ਮਹਿਸੂਸ ਹੋ ਰਹੀ ਆ ਮੁਕਾਬਲਤਨ ਦੇਸ਼ ਦੀ 69% ਆਬਾਦੀ ਅਜੇ ਵੀ ਪਿੰਡ ਨਾਲ ਸੰਬੰਧਿਤ ਹੈ ਸਾਡੇ ਔਰ ਉਹਨਾਂ ਦੇ ਨੂੰ ਦੇਖਦੇ ਹੋਏ ਜਿਹੜੀ ਡਿਬੇਟ ਚੋਂ ਕੱਲੀ ਪੋਲਿਟਿਕਸ ਨਾ ਨਿਕਲੇ ਕਿ ਕਾਂਗਰਸ ਕਹੇ ਮੈਂ ਅਗਲੀ ਸਰਕਾਰ ਬਣਾ ਲੂ 2022 ਚ ਇਸੇ ਚੱਕਰ ਨਾਲ ਜਾਂ ਕੋਈ ਦੂਜੀ ਪਾਰਟੀ ਕਹੇ ਮੈਂ ਇਸ ਤਰੀਕੇ ਦੇ ਨਾਲ ਇਨੂੰ ਬੁਨਿਆਦੀ ਤੌਰ ਤੇ ਇਨਸਾਨੀ ਮੁੱਦੇ ਦੇ ਤੌਰ ਤੇ ਦੇਖਣਾ ਦਾ ਸਵਾਲ ਹੈ ਕਿ ਇਹ ਇਨਸਾਨਾਂ ਦਾ ਮਾਮਲਾ ਹੈ ਉਹਨਾਂ ਦੀ ਰੋਜੀ ਰੋਟੀ ਦਾ ਮਾਮਲਾ ਹੈ ਦੇਸ਼ ਦੀ ਅੰਨ ਸੁਰੱਖਿਆ ਦਾ ਮਾਮਲਾ ਹੈ ਨਾ ਕਿ ਕੱਲਾ ਸਿਆਸੀ ਮਾਮਲਾ ਹੈ ਸਿਆਸਤ ਨੂੰ ਰੋਕ ਸਰਕਾਰਾਂ ਨਾਲ ਜੋੜਨ ਦਾ ਸਵਾਲ ਹੈ ਬਿਲਕੁਲ ਜੀ ਸਿੰਘ ਸਾਹਿਬ ਤੁਸੀਂ ਗੱਲ ਕੀਤੀ ਸੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਜਿਹੜਾ ਕਾਫੀ ਮਾਮਲਿਆਂ ਦੇ ਵਿੱਚ ਆਪਣਾ ਰੁਖ ਜੜਾਉ ਕਰਾ ਕਰਦਾ ਨਜ਼ਰ ਆ ਰਿਹਾ ਹੈ ਦਿੱਲੀ ਦੀ ਜੇ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਲਗਾਤਾਰ ਵਿਗੜ ਰਹੇ ਨੇ ਔਰ ਨਾਲ ਜੁੜੀ ਖਬਰ ਇਹ ਵੀ ਹੈ ਕਿ ਦਿੱਲੀ ਦੇ ਜਿਹੜੇ ਮਰੀਜ਼ ਨੇ ਉਹ ਪੰਜਾਬ ਦੇ ਵਿੱਚ ਵੀ ਭੇਜੇ ਜਾ ਰਹੇ ਨੇ ਵਕ-ਵਕ ਥਾਵਾਂ ਤੇ ਇਲਾਜ ਦੇ ਲਈ ਸੋ ਸੁਪਰੀਮ ਕੋਰਟ ਦਾ ਕਿਹੋ ਜਿਹਾ ਰੁਖ ਹੈ ਔਰ ਕਿਸ ਤਰ੍ਹਾਂ ਦਿੱਲੀ ਦੇ ਹਾਲਾਤ ਜਿਹੜੇ ਨੇ ਉਹ ਬਦਲਦੇ ਨਜ਼ਰ ਆ ਰਹੇ ਨੇ ਤੁਹਾਨੂੰ ਸੁਪਰੀਮ ਕੋਰਟ ਕਈ ਦਿਨਾਂ ਤੋਂ ਸੁਣਵਾਈ ਜਿਹੜੀ ਹੋ ਰਹੀ ਸੀ ਕਿ ਤਾਂ ਉਹ ਮਜ਼ਦੂਰਾਂ ਦਾ ਰ ਉਨੇ ਸਾਰੀਆਂ ਸਟੇਟ ਗਵਰਨਮੈਂਟਾਂ ਤੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ 15 ਦਿਨਾਂ ਦੇ ਵਿੱਚ ਜਿਹੜੇ ਬੰਦੇ ਆਪੋ ਆਪਣੇ ਘਰੇ ਨਹੀਂ ਜਾ ਸਕੇ ਉਹਨਾਂ ਨੂੰ ਘਰ ਪਹੁੰਚਾਇਆ ਜਾਏ ਜੀ ਦੂਸਰਾ ਇਹ ਹੈ ਕਿ ਦਿੱਲੀ ਦੇ ਵਿੱਚ ਖਾਸ ਤੌਰ ਤੇ ਤੇ ਮੁੰਬਈ ਦੇ ਵਿੱਚ ਕਾਫੀ ਜ਼ਿਆਦਾ ਸੰਕਟ ਆ ਰਿਹਾ ਹੈ ਜੀ ਮਰੀਜ਼ਾਂ ਨੂੰ ਔਰ ਕਈ ਐਸਐਚਐਨ ਸੂਚਨਾਵਾਂ ਤੇ ਖਬਰਾਂ ਆ ਰਹੀਆਂ ਨੇ ਕਿ ਐਸ ਹਸਪਤਾਲ ਤੋਂ ਬੰਦਾ ਦੂਜੇ 'ਚ ਜਾਂਦਾ ਦੂਜੇ 'ਚ ਤੀਜੇ 'ਚ ਜਾਂਦਾ ਤੀਜੇ ਚੌਥੇ 'ਚ ਜਾਂਦਾ ਦਾਖਲਾ ਨਹੀਂ ਮਿਲ ਪਾ ਰਿਹਾ ਜੀ ਜਦੋਂ ਆਨਲਾਈਨ ਦੇਖਦੇ ਨੇ ਤਾਂ ਅਸੀਂ ਬੈੱਡ ਖਾਲੀ ਲੱਗਦੇ ਨੇ ਪਰ ਜਦੋਂ ਬੰਦੇ ਉੱਥੇ ਜਾਂਦੇ ਨੇ ਤੇ ਬੈੱਡ ਭਰੇ ਹੋਏ ਨੇ ਉਹਦੇ ਚ ਇੱਕ ਗੱਲ ਇਹ ਵੀ ਕੋਰਟ ਦੇ ਸਾਹਮਣੇ ਆਈ ਆ ਅਦਾਲਤ ਦੇ ਕਿ ਜਿਹੜੇ ਰਸੂਖਵਾਨ ਬੰਦੇ ਨੇ ਜੀ ਔਰ ਜਿਹੜੇ ਚਾਹੇ ਕਰੋਨਾ ਤੋਂ ਪ੍ਰਭਾਵਿਤ ਨਹੀਂ ਹੈ ਦੂਜੇ ਰੋਗਾਂ ਵਾਲੇ ਵੀ ਨੇ ਜਿਨ੍ਹਾਂ ਨੂੰ ਛੁੱਟੀ ਕੀਤੀ ਜਾ ਸਕਦੀ ਹੈ ਬਹੁਤ ਜ਼ਿਆਦਾ ਮਤਲਬ ਸੀਰੀਅਸ ਵੀ ਨਹੀਂ ਹੈ ਉਹ ਆਪਣਾ ਪ੍ਰਭਾਵ ਵਰਤ ਕੇ ਨਹੀਂ ਡਿਸਚਾਰਜ ਹੋ ਰਹੇ ਜਿਨ੍ਹਾਂ ਕਰਕੇ ਬੈੱਡ ਖਾਲੀ ਨਹੀਂ ਹੋ ਰਹੇ ਤਾਂ ਅਦਾਲਤ ਨੇ ਇਹ ਕਿਹਾ ਵੀ ਸਰਕਾਰ ਕੀ ਕਰ ਰਹੀ ਹੈ ਦਿੱਲੀ ਦੀ ਗਵਰਨਮੈਂਟ ਕੀ ਕਰ ਰਹੀ ਹੈ ਕੇਂਦਰ ਸਰਕਾਰ ਕੀ ਕਿਉਂਕਿ ਮਰੀਜ਼ਾਂ ਨੂੰ ਇਲਾਜ ਜਿਹੜਾ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਹਸਪਤਾਲਾਂ ਨੂੰ ਕਿਵੇਂ ਠੀਕ ਰੱਖਣਾ ਹਸਪਤਾਲਾਂ ਚ ਕਿੰਨੇ ਬੈੱਡ ਚਾਹੀਦੇ ਨੇ ਉਹਦੇ ਲੋਡ ਮੁਤਾਬਕ ਉਹਨਾਂ ਦਾ ਸਾਰਾ ਸਵਾਲ ਔਰ ਅਦਾਲਤ ਨੇ ਇਸੇ ਕਰਕੇ ਸਖਤ ਵੀ ਇੱਕ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿ ਤੁਸੀਂ ਮੁਰਦਿਆਂ ਦੇ ਨਾਲ ਲਟਾ ਰਹੇ ਹੋ ਬੰਦਿਆਂ ਨੂੰ ਜਿਹੜੇ ਬਾਕੀ ਦੇ ਬੰਦੇ ਨੇ ਔਰ ਉਹਦੇ ਤੇ ਔਰ ਮੇਰਾ ਖਿਆਲ ਹੈ ਕਿ ਬੜੀ ਅਦਾਲਤ ਦਾ ਜਿਹੜਾ ਇਹ ਇੰਟਰਵੈਂਸ਼ਨ ਆ ਜਾਂ ਇਹ ਸਮੂਲੀਅਤ ਹੈ ਇਹ ਲੋਕ ਹਿੱਤ ਦੇ ਵਿੱਚ ਹੈ ਔਰ ਇਧਰ ਧਿਆਨ ਦੇਣਾ ਪਚਾਈਦਾ ਸਾਰੇ ਸੂਬਿਆਂ ਨੂੰ ਤੇ ਬਾਕੀ ਜਗ੍ਹਾ ਵੀ ਜੀ ਸੋ ਸਿੰਘ ਸਾਹਿਬ ਤੁਸੀਂ ਬਹੁਤ ਹੀ ਵਿਆਪਕ ਵਰਨਨ ਕੀਤਾ ਅੱਜ ਦੀਆਂ ਸਾਰੀਆਂ ਸੁਰਖੀਆਂ ਦਾ ਔਰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਤੇ ਸਾਡੇ ਸਟੂਡੀਓ ਦੇ ਵਿੱਚ ਪੁਜੇ ਸਾਡੇ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ